ਸਰਕਾਰੀ ਬੰਦੇ ਤੋਂ ਸਰਕਾਰੀ ਐਫ ਆਈ ਆਰ ਦਰਜ ਕਰਾ ਦਿੱਤੀ। 7:30 ਵਜੇ ਐਫ ਆਈ ਆਰ ਹੁੰਦੀ ਹੈ, 8:30 ਵਜੇ ਅਰੈਸਟ ਪੈ ਜਾਂਦੀ ਹੈ। ਲਾਰੈਂਸ ਬਿਸ਼ਨੋਈ ਵਾਲੇ ਤਾਂ ਹਜੇ ਤੱਕ ਫੜੇ ਨਹੀਂ ਪੁਲਿਸ ਵਾਲੇ, ਜਿਹਨਾਂ ਨੇ ਜੇਲ੍ਹ 'ਚੋਂ ਇੰਟਰਵਿਊ ਕਰਾਈ, ਉਹ ਜਿਹੜਾ ਦੀਪਕ ਤੀਨ ਨੂੰ ਕਲੱਬ 'ਚ ਲੈ ਕੇ ਗਿਆ ਸੀ ਉਹ ਤਾਂ ਫੜਿਆ ਨਹੀਂ। ਸੋ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬਦਲਾਖੋਰੀ ਦੀ ਜਿਹੜੀ ਸਿਆਸਤ ਹੈ, ਇਹਨੂੰ ਨੱਥ ਪੈਣੀ ਬੇਹੱਦ ਜ਼ਰੂਰੀ ਹੈ। ਔਰ ਮੈਨੂੰ ਪੂਰਨ ਉਮੀਦ ਇਹ ਜਿਹੜੀ ਸੱਥ ਲੱਗੀ ਹੈ ਨਾ, ਇਹ ਨਾ ਪਵਾਉਣ। ਧਾਰਮਿਕ ਭਾਵਨਾ ਇੱਕ ਵੱਖਰੀ ਚੀਜ਼ ਹੈ, ਸਰਕਾਰੀ ਭਾਵਨਾ 'ਤੇ ਹਮਲਾ ਹੋ ਗਿਆ। ਇਹ ਸਰਕਾਰੀ ਭਾਵਨਾ ਹਰਟ ਹੋ ਗਈ ਕਿਤੇ ਸਰਕਾਰ ਦੀ, ਮੁੱਖ ਮੰਤਰੀ ਦੀ। ਮਾਲਵਿੰਦਰ ਮਾਲੀ ਸਾਹਿਬ ਦੇ ਨਾਲ ਸਿਆਸੀ ਵਖਰੇਵੇਂ ਹੋ ਸਕਦੇ, ਆਈਡੀਓਲੋਜੀਕਲ ਡਿਫਰੈਂਸਿਸ ਹੋ ਸਕਦੇ ਨੇ, ਪਰ ਕੀ ਉਹ ਸ਼ਖਸੀਅਤ ਜਿਹਨੇ NSA ਚੱਲ ਲਈ, ਤੁਸੀਂ ਆ ਝੂਠੇ ਜਿਹੇ ਪਰਚੇ 'ਚ ਉਹਨੂੰ ਡਰਾ ਲਓਗੇ? ਸਰਕਾਰ ਨੇ ਮਨ ਬਣਾ ਲਿਆ ਕਿ ਕੰਮ ਨਹੀਂ ਕਰਨਾ, ਅਸੀਂ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਹਾਲ ਨਹੀਂ ਕਰਨੀ, ਅਸੀਂ ਡਿਵੈਲਪਮੈਂਟ ਨਹੀਂ ਕਰਨੀ, ਅਸੀਂ ਵਿਰੋਧ ਦੀ ਆਵਾਜ਼ ਨੂੰ ਦਬਾ ਦਿੱਤੀ। ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹ ਸੂਬਾ ਉਹ ਕੌਮ ਹੈ ਜਿਹੜੀ ਕਿ ਨਾ ਮੁਗਲਾਂ ਤੋਂ ਡਰੀ, ਆਜ਼ਾਦੀ ਦੀ ਲੜਾਈ ਇਹਨੇ ਗੋਰਿਆਂ ਦੇ ਖਿਲਾਫ ਲੜੀ, ਐਮਰਜੈਂਸੀ ਦੀ ਲੜਾਈ ਲੜੀ। ਸੋ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਇਹਨੂੰ ਦਬਾ ਸਕਦੇ। ਸੋ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ, ਇਹ ਸਾਰਿਆਂ ਦੀ ਮੰਗਾਂ ਕਨੀ ਧਿਆਨ ਦਿਓ। ਡਿਵੈਲਪਮੈਂਟ ਦੀ ਗੱਲ ਕਰੋ, ਸਿਹਤ ਸਹੂਲਤਾਂ ਦੀ ਗੱਲ ਕਰੋ ਜਿਹੜੀਆਂ ਕਿ ਖਤਮ ਹੋ ਗਈਆਂ ਤੁਹਾਡੇ ਮਹੱਲਾ ਕਲੀਨਿਕ 'ਚ, ਮੈਰੀਟੋਰੀਅਸ ਸਕੂਲ ਦੀ ਗੱਲ ਕਰੋ ਜਿਹੜਾ ਕਿ ਤੁਸੀਂ ਰੰਗ ਮਾਰ ਕੇ ਛੱਤਾਂ ਡਿੱਗ ਰਹੀਆਂ, ਸਾਡੇ ਟੀਚਰ ਮਰ ਰਹੇ ਨੇ। ਸੋ ਇਹ ਜਿਹੜੀ ਬਦਲਾਖੋਰੀ ਦੀ ਸਿਆਸਤ ਹੈ, ਜਿਹੜੀ ਪਰਚੀਆਂ ਦੀ ਸਿਆਸਤ ਹੈ, ਇਹ 'ਚੋਂ ਸੂਬੇ ਨੂੰ ਕੁਛ ਨਹੀਂ ਮਿਲਣਾ। ਇਹ ਕੁਰਸੀ ਹੈ ਜਿਹੜੀ, ਇਹ 'ਤੇ ਬੜੇ ਮੁੱਖ ਮੰਤਰੀ ਬੈਠੇ, ਬੜੇ ਵੱਡੇ ਵੱਡੇ ਨਾਂ ਸੀ, ਉਹ ਦੁਨੀਆ ਤੋਂ ਚਲੇ ਗਏ, ਕੁਰਸੀ ਤੋਂ ਚਲੇ ਗਏ, ਹੋਰ ਲੋਕ ਆ ਕੇ ਕੁਰਸੀ 'ਤੇ ਬਹਿ ਜਾਣਗੇ, ਇਹ ਕੁਰਸੀ ਸਦਾ ਨਹੀਂ ਰਹਿਣੀ। ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤਾਨਾਸ਼ਾਹ ਮੁੱਖ ਮੰਤਰੀ ਦੇ ਤੌਰ ਤੇ ਦੁਨੀਆ ਯਾਦ ਰੱਖੇਗੀ, ਅਗਰ ਮੁੱਖ ਮੰਤਰੀ ਆਪਣੀ ਹਰਕਤਾਂ ਤੋਂ ਬਾਅਦ ਨਾ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਪੰਜਾਬ ਟੀਵੀ 'ਤੇ, ਮੈਂ ਹਾਂ ਮਨਜਿੰਦਰ ਸਿੰਘ ਔਲਖ, ਅਤੇ ਅੱਜ ਸੈਕਟਰ 17 ਦੇ ਵਿੱਚ ਪਹੁੰਚੇ, ਇੱਥੇ ਇਕੱਠ ਕੀਤਾ ਗਿਆ, ਅਤੇ ਸਾਡੇ ਨਾਲ ਅਰਸ਼ਦੀਪ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਇਕੱਠ ਦੇ ਬਾਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਧੰਨਵਾਦ। ਸਰ ਅੱਜ ਮੁੱਖ ਤੌਰ 'ਤੇ ਪਹੁੰਚੇ ਹੋ, 17 ਦੇ ਵਿੱਚ ਇਕੱਠ ਕੀਤਾ ਗਿਆ, ਇਸ ਦੇ ਬਾਰੇ ਜਾਣਕਾਰੀ। ਦੇਖੋ, ਅੱਜ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਨੇ। ਅਣਐਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਚੱਲ ਰਹੀ ਹੈ, ਚਾਹੇ ਉਹ ਬੁੱਧੀਜੀਵੀ ਹੈ, ਚਾਹੇ ਉਹ ਪੋਲੀਟੀਕਲ ਵਿਸ਼ਲੇਸ਼ਕ ਹੈ, ਚਾਹੇ ਉਹ ਕਿਸੇ ਵੀ ਕਿੱਤੇ ਦਾ, ਅਗਰ ਉਹ ਸਰਕਾਰ ਦੀ ਮਾੜੀ ਨੀਤੀ ਦੇ ਖਿਲਾਫ਼ ਬੋਲਦਾ ਹੈ ਤਾਂ ਸਰਕਾਰ ਨੇ ਮਨ ਬਣਾ ਲਿਆ ਕਿ ਕੰਮ ਨਹੀਂ ਕਰਨਾ, ਅਸੀਂ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਹਾਲ ਨਹੀਂ ਕਰਨੀ, ਅਸੀਂ ਡਿਵੈਲਪਮੈਂਟ ਨਹੀਂ ਕਰਨੀ, ਅਸੀਂ ਵਿਰੋਧ ਦੀ ਆਵਾਜ਼ ਨੂੰ ਹੀ ਦਬਾ ਦੇਣਾ। ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹ ਸੂਬਾ ਉਹ ਕੌਮ ਹੈ ਜਿਹੜੀ ਕਿ ਨਾ ਮੁਗਲਾਂ ਤੋਂ ਡਰੀ, ਆਜ਼ਾਦੀ ਦੀ ਲੜਾਈ ਇਹਨੇ ਗੋਰਿਆਂ ਦੇ ਖਿਲਾਫ਼ ਲੜੀ, ਐਮਰਜੈਂਸੀ ਦੀ ਲੜਾਈ ਲੜੀ। ਸੋ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਇਹਨੂੰ ਦਬਾ ਸਕਦੇ। ਸੋ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਕੀ ਇਸ ਤਰੀਕੇ, ਦੇਖੋ ਜਿਹੜੇ ਪੋਲੀਟੀਕਲ ਵਿਸ਼ਲੇਸ਼ਕ ਨੇ ਉਹਨਾਂ ਨੇ ਸੂਬੇ ਦੇ ਹਾਲਾਤਾਂ 'ਤੇ ਚਿੰਤਾ ਕਰਨੀ, ਔਰ ਇਹ ਚਾਨਣ ਮੁਨਾਰੇ ਨੇ। ਅਗਰ ਅੱਜ ਉਹਨਾਂ ਨੂੰ ਆ ਕੇ ਉਰੇ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਪੈ ਰਿਹਾ ਤਾਂ ਪੰਜਾਬ ਦੇ ਹਾਲਾਤ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਵੱਧ ਤੋਂ ਬਦਤਰ ਇਸ ਨਿਕੰਮੀ ਸਰਕਾਰ ਨੇ ਬਣਾ ਦਿੱਤੇ ਨੇ। ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਤੁਸੀਂ ਵਰਗਾ ਜਿਹੜੇ ਸੜਕਾਂ 'ਤੇ ਬੈਠੇ ਨੇ, ਚਾਹੇ ਉਹ ਸਾਡੇ ਕਿਸਾਨ ਨੇ, ਚਾਹੇ ਸਾਡੇ ਮੁਲਾਜ਼ਮ ਵਿੰਗ ਹੈ, ਇਹ ਸਾਰਿਆਂ ਦੀ ਮੰਗਾਂ ਕਨੀ ਧਿਆਨ ਦਿਓ। ਡਿਵੈਲਪਮੈਂਟ ਦੀ ਗੱਲ ਕਰੋ, ਸਿਹਤ ਸਹੂਲਤਾਂ ਦੀ ਗੱਲ ਕਰੋ ਜਿਹੜੀਆਂ ਕਿ ਖਤਮ ਹੋ ਗਈਆਂ ਤੁਹਾਡੇ ਮਹੱਲਾ ਕਲੀਨਿਕ 'ਚ, ਮੈਰੀਟੋਰੀਅਸ ਸਕੂਲ ਦੀ ਗੱਲ ਕਰੋ ਜਿਹੜਾ ਕਿ ਤੁਸੀਂ ਰੰਗ ਮਾਰ ਕੇ ਛੱਤਾਂ ਡਿੱਗ ਰਹੀਆਂ, ਸਾਡੇ ਟੀਚਰ ਮਰ ਰਹੇ ਨੇ। ਸੋ ਇਹ ਜਿਹੜੀ ਬਦਲਾਖੋਰੀ ਦੀ ਸਿਆਸਤ ਹੈ, ਜਿਹੜੀ ਪਰਚੀਆਂ ਦੀ ਸਿਆਸਤ ਹੈ, ਇਹ 'ਚੋਂ ਸੂਬੇ ਨੂੰ ਕੁਛ ਨਹੀਂ ਮਿਲਣਾ। ਇਹ ਕੁਰਸੀ ਹੈ ਜਿਹੜੀ, ਇਹ 'ਤੇ ਬੜੇ ਮੁੱਖ ਮੰਤਰੀ ਬੈਠੇ, ਬੜੇ ਵੱਡੇ ਵੱਡੇ ਨਾਂ ਸੀ, ਉਹ ਦੁਨੀਆ ਤੋਂ ਚਲੇ ਗਏ, ਕੁਰਸੀ ਤੋਂ ਚਲੇ ਗਏ, ਹੋਰ ਲੋਕ ਆ ਕੇ ਕੁਰਸੀ 'ਤੇ ਬਹਿ ਜਾਣਗੇ, ਇਹ ਕੁਰਸੀ ਸਦਾ ਨਹੀਂ ਰਹਿਣੀ। ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਤਾਨਾਸ਼ਾਹ ਮੁੱਖ ਮੰਤਰੀ ਦੇ ਤੌਰ 'ਤੇ ਦੁਨੀਆ ਯਾਦ ਰੱਖੇਗੀ, ਅਗਰ ਮੁੱਖ ਮੰਤਰੀ ਆਪਣੀ ਹਰਕਤਾਂ ਤੋਂ ਬਾਅਦ ਨਾ। ਤੁਸੀਂ ਵਕੀਲ ਹੋ, ਹੈ ਨਾ, ਤੁਸੀਂ ਉਹ FIR ਪੜ੍ਹੀ ਹੋਵੇਗੀ, ਇਸ ਦੇ ਬਾਰੇ ਥੋੜੀ ਜਾਣਕਾਰੀ ਦੇ ਸਕਦੇ ਕਿ ਉਹ ਬਿਆਨ, ਜੇਕਰ ਤੁਸੀਂ ਸੁਣਿਆ ਹੋਵੇ ਕਿ ਉਹ FIR ਦੇ ਵਿੱਚ ਲਿਖਿਆ ਗਿਆ ਕਿ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ। ਦੇਖੋ, ਬੇਸਿਕਲੀ ਸਾਰੀ ਸਰਕਾਰੀ ਬੰਦੇ ਤੋਂ ਸਰਕਾਰੀ FIR ਦਰਜ ਕਰਾ ਲਈ, 7:30 ਵਜੇ FIR ਹੁੰਦੀ ਹੈ, 8:30 ਵਜੇ ਅਰੈਸਟ ਪੈ ਜਾਂਦੀ ਹੈ। ਲਾਰੈਂਸ ਬਿਸ਼ਨੋਈ ਵਾਲੇ ਤਾਂ ਹਜੇ ਤੱਕ ਫੜੇ ਨਹੀਂ ਪੁਲਿਸ ਵਾਲੇ, ਜਿਹਨਾਂ ਨੇ ਜੇਲ੍ਹ 'ਚੋਂ ਇੰਟਰਵਿਊ ਕਰਾਈ, ਉਹ ਜਿਹੜਾ ਦੀਪਕ ਤੀਨ ਨੂੰ ਕਲੱਬ 'ਚ ਲੈ ਕੇ ਗਿਆ ਸੀ ਉਹ ਤਾਂ ਫੜਿਆ ਨਹੀਂ। ਸੋ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬਦਲਾਖੋਰੀ ਦੀ ਜਿਹੜੀ ਸਿਆਸਤ ਹੈ, ਇਹਨੂੰ ਨੱਥ ਪੈਣੀ ਬੇਹੱਦ ਜ਼ਰੂਰੀ ਹੈ, ਔਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੀ ਸੱਥ ਲੱਗੀ ਹੈ ਨਾ, ਇਹ ਨੱਥ ਪਾਉਣਗੇ, ਕਿਉਂਕਿ ਇਹੀ
ਇਹਨਾਂ ਨੇ ਦਿਸ਼ਾ ਦਿਖਾਉਣੀ ਹੈ ਸੂਬੇ ਨੂੰ, ਇਹ ਥਿੰਕ ਟੈਂਕ ਨੇ ਸੂਬੇ ਦੇ। ਅਗਰ ਇਹਨਾਂ ਤੇ ਅਤਿਆਚਾਰ ਹੋਊਗਾ ਤਾਂ ਇਹਨਾਂ ਦੀ ਆਵਾਜ਼ ਇੰਟਰਨੈਸ਼ਨਲ ਲੈਵਲ ਤੱਕ ਜਾਊਗੀ ਤੇ ਮੁੱਖ ਮੰਤਰੀ ਨੂੰ ਜਵਾਬ। ਸਰ, ਇਹ ਧਾਰਮਿਕ ਭਾਵਨਾ ਨੂੰ ਠੇਸ ਨੂੰ ਲੈ ਕੇ ਕਿਹਾ ਗਿਆ FIR ਦਰਜ ਕੀਤੀ ਗਈ, ਪਰ ਅਜਿਹੀਆਂ ਬਹੁਤ ਘਟਨਾਵਾਂ ਹੋਈਆਂ ਹੁਣ ਇਸ ਦੇ ਸਾਲਾਂ ਦੇ ਵਿੱਚ ਕਿ ਬਹੁਤ ਲੋਕਾਂ ਦੀ ਤਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ, ਬਹੁਤ ਬੇਅਦਬੀਆਂ ਵੀ ਹੋਈਆਂ ਨੇ ਹੁਣ ਦੇ ਸਮੇਂ ਦੇ ਵਿੱਚ, ਪਰ ਉਹਨਾਂ ਵਾਸਤੇ ਧਰਨੇ ਲਾਉਣੇ ਪੈ ਰਹੇ ਨੇ ਇੱਕ ਪਾਸੇ ਲੋਕਾਂ ਨੂੰ, ਔਰ ਦੂਜੇ ਪਾਸੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਗੱਲ ਕੀ ਸੀ ਪੂਰੀ, ਤੇ ਉੱਤੇ ਗ੍ਰਿਫਤਾਰੀ ਵੀ ਪੈ ਗਈ। ਨਹੀਂ, ਧਾਰਮਿਕ ਭਾਵਨਾ ਇੱਕ ਵੱਖਰੀ ਚੀਜ਼ ਹੈ, ਸਰਕਾਰੀ ਭਾਵਨਾ ਤੇ ਹਮਲਾ ਹੋ ਗਿਆ। ਇਹ ਸਰਕਾਰੀ ਭਾਵਨਾ ਹਰਟ ਹੋ ਗਈ ਕਿਤੇ, ਸਰਕਾਰ ਦੀ, ਮੁੱਖ ਮੰਤਰੀ ਦੀ, ਉਹਨਾਂ ਨੇ ਆਪਣੇ ਫੀਲੇ ਖੜੇ ਕਰਕੇ ਇਹ ਪਰਚੇ ਦਰਜ ਕਰਾਤੇ। ਸੋ ਇਹ ਜਿਹੜੇ ਝੂਠੇ ਪਰਚੇ ਨੇ, ਇਹ ਜਿਹੜੀਆਂ ਕਾਰਵਾਈਆਂ ਨੇ, ਮੈਂ ਪਹਿਲਾਂ ਕੀ ਕਿਹਾ, ਦੇਖੋ ਮਾਲਵਿੰਦਰ ਮਾਲੀ ਸਾਹਿਬ ਦੇ ਨਾਲ ਸਿਆਸੀ ਵਖਰੇਵੇਂ ਹੋ ਸਕਦੇ ਨੇ, ਆਈਡੀਓਲੋਜੀਕਲ ਡਿਫਰੈਂਸਿਸ ਹੋ ਸਕਦੇ ਨੇ, ਪਰ ਕੀ ਉਹ ਸ਼ਖਸੀਅਤ ਜਿਹਨੇ NSA ਚੱਲ ਲਈ, ਤੁਸੀਂ ਆ ਝੂਠੇ ਜਿਹੇ ਪਰਚੇ 'ਚ ਉਹਨੂੰ ਡਰਾ ਲਓਗੇ? ਮੈਨੂੰ ਲੱਗਦਾ ਕਿ ਉਹ ਦੁੱਗਣੇ ਹੋ ਕੇ ਬਾਹਰ ਨਿਕਲਣਗੇ। ਉਸ ਸਰਕਾਰ ਬੇਵਕੂਫੀਆਂ ਕਰ ਰਹੀ ਹੈ, ਇਹ ਬੇਵਕੂਫੀਆਂ ਦਾ ਜਵਾਬ ਸਰਕਾਰ ਨੂੰ ਮਿਲ ਜਾਣਾ। ਸਰ, ਅੱਜ ਦਾ ਇਕੱਠ ਕੀਤਾ ਗਿਆ ਹੈ, ਇਹਦਾ ਮੇਨ ਮਕਸਦ ਕੀ ਰਹੇਗਾ, ਕਿਉਂਕਿ ਸਾਰੀ ਹੀ ਪਾਰਟੀਆਂ ਲੀਡਰ ਅੱਜ ਇਕੱਠੇ ਹੋਏ ਨੇ ਤੇ ਇਕਜੁੱਟਤਾ ਵਿਖਾਈ ਗਈ? ਦੇਖੋ, ਅਸੀਂ ਉਰੇ ਸਰਦਾਰ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਪਿਆਰ ਲਾਲ ਗਰਗ ਜੀ ਦੇ ਸੱਦੇ ਤੇ ਆਏ ਹਾਂ, ਤੇ ਜੋ ਵੀ ਅਗਲਾ ਪ੍ਰੋਗਰਾਮ ਇਹ ਦੇਣਗੇ ਅਸੀਂ ਉਹਦੇ ਨਾਲ। ਧੰਨਵਾਦ ਸਰ।